ਆਸਾ ਮਰਦਾ ਲੈ ਕੇ ਤੇ ਇੱਥੇ ਆਈ ਦਾ 400 ਕਿਲੋਮੀਟਰ ਤੇ, ਔਰ ਫਿਰ ਨੁਕਸਾਨ ਹੁੰਦਾ ਇੱਥੇ। ਪਾਰਕਿੰਗ ਦੇ ਵਿੱਚ ਜਗ੍ਹਾ ਨਹੀਂ ਸੀ, ਅਸੀਂ ਟਾਈਮ ਤੋਂ ਪਿੱਛੇ ਲਗਾ ਕੇ ਗਏ ਆਪਣਾ, ਅਸੀਂ ਆਏ ਹਾਂ। ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਜੀ, ਗੱਡੀ ਲਾ ਕੇ ਇੱਥੇ ਸਵੇਰੇ ਭੀੜ ਸੀ, ਪਾਰਕਿੰਗ ਦੇ ਜਗ੍ਹਾ ਨਹੀਂ ਸੀ ਹੈਗੀ, ਸਾਈਡ ਤੋਂ ਗੱਡੀ ਲਗਾ ਕੇ ਗਏ ਆਪਾਂ। ਸਤਨਾਮ ਸਿੰਘ ਨਾਮ ਹੈ ਮੇਰਾ, ਕਿੱਥੋਂ ਹੈ? ਕੈਥਲ ਜ਼ਿਲ੍ਹਾ ਅਤੇ ਪਿੰਡ ਸੈਰ। ਅੱਜ ਕੀ ਗੱਲ ਹੋਈ ਹੈ ਜੀ? ਇੱਥੇ ਗੱਡੀ ਖੜੀ ਕੀਤੀ ਸੀ ਅਤੇ ਸ਼ੀਸ਼ਾ ਤੋੜ ਗਿਆ ਕੋਈ, ਉੱਥੇ ਪਾਰਕਿੰਗ ਵਿੱਚ ਗਏ ਹਾਂ, ਉੱਥੇ ਥਾਂ ਨਹੀਂ ਸੀ, ਫਿਰ ਵਾਪਸ ਬੋਲ ਕੇ ਲਿਆਏ ਹਾਂ, ਇੱਥੇ ਥਾਂ ਮਿਲ ਗਈ ਸੀ ਅਤੇ ਇੱਥੇ ਖੜੀ ਕਰਕੇ ਸਾਂ, ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਾਂ, ਅਤੇ ਹੁਣ ਜੇ ਆਏ ਹਾਂ ਅਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਭਾਈ ਸੋਨੋ ਦੇ ਜਾਣਾ ਸੀ, ਅਤੇ ਇੱਥੇ ਹਾਂ ਜਾਂਦਿਆਂ ਵੇਖਿਆ ਬਈ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ, ਇਸ ਕਾਰਨ ਅਸੀਂ ਉੱਥੇ ਵੀ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਪਾਏ। ਨੁਕਸਾਨ ਤਾਂ ਚਲੋ ਸ਼ੀਸ਼ਾ ਹੀ ਟੁੱਟਿਆ ਹੈ, ਹੋਰ ਵੀ ਨੁਕਸਾਨ ਕਰ ਸਕਦਾ ਸੀ, ਕਾਗਜ਼ ਪੱਤਰ ਦਾ ਵਿੱਚ ਹੀ ਸੜ ਪਏ ਸਾਰੇ। ਲਾਗੇ ਬੰਨੇ ਪੁੱਛਿਆ, ਕਿਹਨੇ ਦੱਸਿਆ ਕੀ ਗੱਲ? ਉਹ ਦੁਕਾਨਦਾਰ ਨੇ ਦੱਸਿਆ ਬਈ ਤੋੜਿਆ ਸ਼ੀਸ਼ਾ, ਉਹਦੇ ਤੋਂ ਪਹਿਲੂ ਹਾਂਜੀ ਆਪੇ ਉਹਨੂੰ ਫੜਿਆ ਜਾਏ, ਉਹ ਬੰਦਾ ਜਿਹਨੇ ਤੋੜਿਆ ਸ਼ੀਸ਼ਾ ਜੇਲ੍ਹ 'ਚ ਹੋਵੇ, ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ। ਮੇਰਾ ਨਾਮ ਅੰਮ੍ਰਿਤ ਸਿੰਘ ਹੈ ਜੀ, ਅਸੀਂ ਕੈਥਲ ਹਰਿਆਣੇ ਤੋਂ ਆਏ ਹਾਂ ਜੀ, ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਾਂ ਜੀ, ਅਤੇ ਸਵੇਰੇ ਪਾਰਕਿੰਗ ਦੇ ਵਿੱਚ ਭੀੜ ਸੀ ਅਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ, ਅਤੇ ਗੱਡੀ ਲਗਾ ਕੇ ਮੱਥਾ ਟੇਕਣ ਗਏ ਹਾਂ, ਅਤੇ ਆਉਂਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤਰੋੜਿਆ ਜੀ, ਨੁਕਸਾਨ ਕਰ ਗਏ ਨੇ ਜੀ, ਗੁੰਡਾਗਰਦੀ ਦਿਨ ਦਿਹਾੜੇ ਜੀ, ਅਤੇ ਸਾਡਾ ਹੀ ਸਾਰਾ ਪਰਿਵਾਰ ਲੈ ਕੇ ਆਏ ਹਾਂ, ਹੁਣ ਸਾਨੂੰ ਦਿੱਕਤ ਦੀ ਪਰੇਸ਼ਾਨੀ ਹੋਣੀ, ਦਿੱਕਤ ਹੋਏਗੀ ਸਾਨੂੰ ਹੁਣ ਰਸਤੇ ਦੇ ਵਿੱਚ, ਅਸੀਂ ਜਾਣਾ ਵੀ ਹੈ ਜੀ ਕੋਈ ਹਾਂ, ਹਾਲੇ ਹੋਰ ਵੀ ਟੇਕਣਾ ਸੀ ਜੀ, ਅਸੀਂ ਫਿਰ ਜਾ ਨਹੀਂ ਪਾਏ ਕਿਉਂਕਿ ਹੁਣ ਸਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ, ਹੁਣ ਸ਼ੀਸ਼ਾ ਪਵਾਵਾਂਗੇ ਅਤੇ ਵਾਪਸ ਜਾਵਾਂਗੇ, ਜੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਸਾਡਾ ਸ਼ੀਸ਼ਾ ਨਹੀਂ ਪੀਂਦਾ ਜੀ। ਸਮਾਨ ਚੋਰੀ ਤਾਂ ਵੈਸੇ ਕੋਈ ਵੀ ਨਹੀਂ ਹੋਇਆ, ਕਿਉਂਕਿ ਕੀ ਪਤਾ ਲੱਗਦਾ ਉਹਨੂੰ ਮੌਕਾ ਨਾ ਮਿਲਿਆ ਹੋਵੇ ਸ਼ੀਸ਼ਾ ਤੋੜ ਕੇ ਸਮਾਨ ਚੁੱਕਣ ਦਾ, ਕਿਉਂ ਦਿਨ ਦਾ ਟਾਈਮ ਸੀ। ਅਸੀਂ ਘੱਟੋ ਘੱਟ 8 ਵਜੇ ਗੱਡੀ ਇੱਥੇ ਲਾਈ ਜੀ, ਪਾਰਕ ਕੀਤੀ ਸੀ ਸਾਈਡ 'ਤੇ ਜੀ। ਹਾਂ ਸਮਾਨ ਤਾਂ ਚੋਰੀ ਹੋ ਸਕਦਾ ਜੀ, ਵਿੱਚ ATM ਵਗੈਰਾ ਸਾਰਾ ਸਮਾਨ ਸੀ ਜੀ ਮੇਰਾ, ਗੱਡੀ ਦੇ ਕਾਗਜ਼ ਵਗੈਰਾ ਹਨ, ਬੈਗ ਸਨ ਸਾਡੇ। ਗੱਡੀ ਲਾਉਣ ਦਾ ਕਾਰਨ ਇਹ ਸੀ ਜੀ, ਦਰਬਾਰ ਸਾਹਿਬ ਉੱਤੇ ਪਾਰਕਿੰਗ ਦੇ ਵਿੱਚ ਭੀੜ ਸੀ ਜੀ, ਉਹ ਜਾਮ ਲੱਗਾ ਹੋਇਆ ਸੀ ਪੁਲ ਦੇ ਉੱਤੇ, ਫਿਰ ਅਸੀਂ ਨੀਚੇ ਆਏ, ਨੀਚੋਂ ਦੀ ਵੀ ਜਾਮ ਲੱਗਾ ਸੀ, ਫਿਰ ਅਸੀਂ ਇੱਥੇ ਸਾਈਡ 'ਤੇ ਪਾਰਕ ਕਰ ਗਏ ਹਾਂ ਜੀ ਗੱਡੀ। ਇਹ ਤਾਂ ਪੁਲਿਸ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੀ, ਇਹ ਤਾਂ ਦਿਨ ਦਿਹਾੜੇ ਜੀ ਬਾਜ਼ਾਰ ਦੇ ਵਿੱਚ ਖਲੋਤੀ ਗੱਡੀ ਦਾ ਹੋ ਗਿਆ ਜੀ, ਇਹ ਤਾਂ ਕੁਛ ਵੀ ਹੋ ਸਕਦਾ ਸੀ ਜੀ। ਹਾਂਜੀ, ਪਰਿਵਾਰ ਨਾਲ ਕਿੰਨੀ ਮੁਸ਼ਕਲ ਆਉਂਦੀ ਹੈ? ਹੁਣ ਪਰਿਵਾਰ ਦੇ ਨਾਲ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਜੀ ਸਾਨੂੰ, ਰਾਹ ਦੇ ਵਿੱਚ ਜਾਣਾ ਪਏਗਾ, ਹਵਾ ਦੇ ਵਿੱਚ ਕੋਈ ਬਰਸਾਤ ਕਣੀ ਆਏਗੀ ਤਾਂ ਅਸੀਂ ਭਿੱਜਾਂਗੇ, ਦਿੱਕਤ ਤਾਂ ਹੈ ਹੀ ਹੈ ਜੀ।
ਮੰਗ ਤਾਂ ਇਹੀ ਕਰਨੇ ਵੀ ਜੇ ਜਿਹਨੇ ਇਹ ਕੰਮ ਕੀਤਾ ਉਹਨੂੰ ਫੜਿਆ ਜਾਏ, ਸਜ਼ਾ ਹੋਏ ਜੀ, ਹੋਰ ਕੀ ਜੀ।